ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ। ਲਾਈਵ ਕਵਰੇਜ ਲਈ ਸੰਪਰਕ ਕਰੋ। ਅੱਜ ਨਗਰ ਕੌਂਸਲ ਗੁਰਾਇਆ ਵਿਖੇ ਕੌਂਸਲ ਦੇ ਪ੍ਰਧਾਨ ਕਮਲਦੀਪ ਸਿੰਘ ਬਿੱਟੂ ਨੇ 73ਵੇਂ ਆਜ਼ਾਦੀ ਦਿਵਸ 'ਤੇ ਝੰਡਾ ਚੜ੍ਹਾ ਕੇ ਸਾਰਿਆਂ ਨੂੰ ਆਜ਼ਾਦੀ ਦਿਵਸ ਦੀਆਂ ਵਧਾਈਆਂ ਦਿੱਤੀਆਂ। ਇਸ ਮੌਕੇ 'ਤੇ ਰਣਧੀਰ ਸਿੰਘ ਈਓ, ਅਜੇਪਾਲ ਵਰਮਾ ਐਸਓ, ਕਾਂਗਰਸ ਵਾਈਸ ਪ੍ਰਧਾਨ ਸੰਜੇ ਅਟਵਾਲ, ਐਮਸੀ ਅੰਜੂ ਅਟਵਾਲ, ਰਵਿੰਦਰਪਾਲ, ਰਿੰਕੂ ਕੌਰ, ਰਿਸ਼ਪਾਲ ਕੌਰ, ਮਨੂ ਜੋਸ਼ੀ, ਜੀਵਨ ਦਾਸ, ਰੋਸ਼ਨ ਲਾਲ, ਜਸਵਿੰਦਰ ਟੰਡਾ ਸ਼ਾਮਲ ਸਨ। ਇਸ ਮੌਕੇ ਸਕੂਲ ਦੇ ਬੱਚਿਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤੇ ਅਤੇ ਬੱਚਿਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਅੱਜ 15 ਅਗਸਤ ਆਜ਼ਾਦੀ ਦਿਹਾੜੀ ਦਾ ਦਿਵਸ, ਮੈਂ ਸਮਝਦਾ ਕਿ ਹਿੰਦੁਸਤਾਨ ਦੇ ਇਤਿਹਾਸ ਦੇ ਵਿੱਚ ਇੱਕ ਸੁਨਹਿਰੀ ਮੀਲ ਪੱਥਰ ਦਾ ਦਿਹਾੜਾ ਹੈ, ਜਿਹਨੂੰ ਕਿ ਆਪਾਂ ਆਜ਼ਾਦੀ ਦਿਹਾੜੀ ਦੇ ਰੂਪ ਦੇ ਵਿੱਚ 15 ਅਗਸਤ ਦਾ ਦਿਨ ਜਿਹੜਾ ਮਨਾਉਂਦੇ ਹਾਂ। 15 ਅਗਸਤ 1947 ਨੂੰ ਭਾਰਤ ਵਰਸ਼ ਜਿਹੜਾ ਆਜ਼ਾਦ ਹੋਇਆ ਅੰਗਰੇਜ਼ਾਂ ਦੀ ਲੰਮੀ ਗੁਲਾਮੀ ਤੋਂ, ਔਰ ਮੈਂ ਸਮਝਦਾ ਕਿ ਅੱਜ ਦਾ ਦਿਹਾੜਾ ਜਿਹੜਾ ਆ ਇਹ ਦਿਹਾੜਾ ਆਪਾਂ ਯਾਦ ਕਰੀਏ ਉਹਨਾਂ ਸ਼ਹੀਦਾਂ ਨੂੰ, ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ, ਸ਼ਹੀਦ ਏ ਆਜ਼ਮ ਸਰਦਾਰ ਊਧਮ ਸਿੰਘ, ਰਾਜਗੁਰੂ, ਸੁਖਦੇਵ, ਮਹਾਤਮਾ ਗਾਂਧੀ ਜੀ, ਪੰਡਿਤ ਜਵਾਹਰ ਲਾਲ ਨਹਿਰੂ ਜੀ, ਜਿਨ੍ਹਾਂ ਨੇ ਇਸ ਦੇਸ਼ ਨੂੰ ਆਜ਼ਾਦ ਕਰਾਉਣ ਲਈ ਸ਼ਹੀਦੀਆਂ ਦਿੱਤੀਆਂ, ਕੁਰਬਾਨੀਆਂ ਦਿੱਤੀਆਂ, ਔਰ ਸਾਨੂੰ ਇਹਦੇ ਆਜ਼ਾਦੀ ਦੇ ਰੰਗ ਮਾਨਣ ਜੋਗੇ ਕੀਤਾ। ਮੈਂ ਜ਼ਿਆਦਾ ਤਾਂ ਨਹੀਂ ਕਹਿਣਾ, ਮੈਂ ਤਾਂ ਇੱਕੋ ਅੱਜ ਗੱਲ ਕਰਨੀ ਆ ਕਿ ਅੱਜ 15 ਅਗਸਤ ਦਾ ਦਿਹਾੜਾ ਆ, ਆਪਾਂ ਸੰਕਲਪ ਲੈਣਾ ਸਾਰਿਆਂ ਨੇ, ਸਾਰੇ ਕੌਂਸਲ ਸਾਥੀ ਆ, ਬਹੁਤ ਹੀ ਸਤਿਕਾਰਯੋਗ ਸਾਡੇ ਈਓ ਸਾਹਿਬ ਸਾਰਨਜੀਤ ਸਿੰਘ ਜੀ, ਨਵਨਿਯੁਕਤ ਈਓ, ਬਹੁਤ ਹੀ ਲੋਇਲ ਅਫਸਰ ਨੇ। ਸਭ ਤੋਂ ਪਹਿਲਾਂ ਤਾਂ ਮੈਂ ਵਧਾਈ ਦਿੰਦਾ ਸਮੂਹ ਸਟਾਫ ਨੂੰ ਵੀ, ਖਾਸ ਤੌਰ 'ਤੇ ਈਓ ਸਾਹਿਬਾਨ ਨੂੰ, ਸਾਰੇ ਕੌਂਸਲ ਸਾਥੀਆਂ ਨੂੰ, ਨਗਰ ਨਿਵਾਸੀਆਂ ਨੂੰ, ਕਿ ਅਸੀਂ ਅੱਜ ਸਾਰਿਆਂ ਨੇ ਸੰਕਲਪ ਲੈਣਾ, ਸਾਡਾ ਸਾਰਾ ਸਟਾਫ ਇੱਥੇ ਇਕੱਤਰ ਹੈ, ਕਿ ਜਿਸ ਤਰ੍ਹਾਂ ਆਪਾਂ 15 ਅਗਸਤ ਇੱਕ ਆਜ਼ਾਦੀ ਦਾ ਦਿਹਾੜਾ ਮਨਾਉਂਦੇ ਹਾਂ, ਉਸ ਆਜ਼ਾਦੀ ਦੇ ਦਿਹਾੜੇ ਦਾ ਆਪਾਂ ਮਤਲਬ ਸਮਝੀਏ। ਜਿਹੜੀਆਂ ਊਣਤਾਈਆਂ ਹਜੇ ਆਪਾਂ ਨੂੰ ਦਿਸ ਰਹੀਆਂ, ਕਿਉਂ ਨਾ ਆਪਾਂ ਆਪਣੇ ਘਰ ਤੋਂ ਉਹਨਾਂ ਨੂੰ ਸ਼ੁਰੂ ਕਰੀਏ। ਮੈਂ ਤਾਂ ਇਹ ਚਾਹੁੰਦਾ ਕਿ ਆਪਾਂ ਇੱਕ ਸੰਕਲਪ ਲਈਏ ਅੱਜ, ਜਿਸ ਤਰ੍ਹਾਂ ਸਾਡਾ ਸਾਰਾ ਸਟਾਫ ਮਿਹਨਤ ਕਰਦਾ, ਕਿ ਆਪਾਂ ਆਉਣ ਵਾਲੇ 15 ਵਾੜੇ ਦੇ ਵਿੱਚ 30 ਤਰੀਕ ਤੱਕ ਇੱਕ ਸ਼ਹਿਰ ਨੂੰ ਨਮੂਨੇ ਦਾ ਸ਼ਹਿਰ ਬਣਾ ਕੇ ਦੇਈਏ, ਤਾਂ ਕਿ ਆਪਾਂ ਕਹਿ ਸਕੀਏ ਕਿ 15 ਅਗਸਤ ਦੇ ਦਿਹਾੜੇ ਅਸੀਂ ਇਹ ਸੰਕਲਪ ਲਿਆ। ਸੋ ਮੈਂ ਇਹ ਆਸ ਕਰਦਾ ਕਿ ਤੁਸੀਂ ਸਾਰੇ ਜਿਹੜਾ ਆਪਾਂ ਅੱਜ ਮਸ਼ਵਰਾ ਕੀਤਾ ਇਹਦੇ 'ਤੇ ਡਟ ਕੇ ਪਹਿਰਾ ਦਿਓਗੇ। ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਮੈਂ ਇੱਕ ਵਾਰ ਫਿਰ ਉਹਨਾਂ ਆਜ਼ਾਦੀ ਦੇ ਪਰਵਾਨਿਆਂ ਅੱਗੇ ਆਪਣਾ ਸਿਰ ਨਮਨ ਕਰਦਾ, ਜਿਨ੍ਹਾਂ ਨੇ ਸ਼ਹੀਦੀਆਂ ਦੇ ਕੇ ਸਾਨੂੰ ਆਜ਼ਾਦੀ ਦਾ ਨਿੱਘ ਮਾਨਣ ਯੋਗ ਕੀਤਾ।
ਸੋ ਇੱਕ ਵਾਰ ਫਿਰ ਸਮੁੱਚੀ ਸਾਧ ਸੰਗਤ ਨੂੰ, ਨਗਰ ਵਾਸੀਆਂ ਨੂੰ, ਕੌਂਸਲ ਸਾਥੀਆਂ ਨੂੰ, ਸਮੁੱਚੇ ਸਟਾਫ ਨੂੰ, ਮਾਨਯੋਗ ਈਓ ਸਾਹਿਬ ਨੂੰ ਲੱਖ ਲੱਖ ਵਧਾਈ ਅੱਜ ਦੇ ਸ਼ੁਭ ਦਿਹਾੜੇ 'ਤੇ, ਲੱਖ ਲੱਖ ਵਧਾਈ, ਧੰਨਵਾਦ, ਜੈ ਹਿੰਦ। ਅੱਜ 15 ਅਗਸਤ ਦੇ ਮੌਕੇ 'ਤੇ ਸਭ ਤੋਂ ਪਹਿਲਾਂ ਤਾਂ ਸਮੂਹ ਸ਼ਹਿਰ ਵਾਸੀਆਂ ਨੂੰ, ਪ੍ਰਧਾਨ ਜੀ ਨੂੰ ਅਤੇ ਕੌਂਸਲਰ ਸਾਹਿਬਾਨ ਨੂੰ ਬਹੁਤ ਬਹੁਤ ਲੱਖ ਲੱਖ ਵਧਾਈ। ਅੱਜ ਇਸ ਮੌਕੇ 'ਤੇ ਪ੍ਰਧਾਨ ਜੀ ਵੱਲੋਂ ਜਿਹੜਾ ਝੰਡੇ ਦੀ ਰਸਮ ਅਦਾ ਕੀਤੀ ਗਈ ਅਤੇ ਵੱਖ ਵੱਖ ਸਕੂਲਾਂ ਵੱਲੋਂ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ ਔਰ ਇਸ ਦਫ਼ਤਰ ਵਿੱਚ ਬੜੀ ਧੂਮਧਾਮ ਨਾਲ ਇਹ ਦਿਵਸ ਮਨਾਇਆ ਗਿਆ। ਮੇਰੀ ਵੱਲੋਂ ਇੱਕ ਵਾਰ ਫਿਰ ਸ਼ਹਿਰ ਵਾਸੀਆਂ ਨੂੰ, ਪ੍ਰਧਾਨ ਜੀ ਨੂੰ, ਸਾਰਿਆਂ ਕੌਂਸਲਰ ਸਾਹਿਬਾਨ ਨੂੰ 15 ਅਗਸਤ ਦੀ ਬਹੁਤ ਬਹੁਤ ਵਧਾਈ।